दैनिक सवेरा दे न्यूज़ रूम तो तुहानू इस वेले दी वड्डी खबर दे रहे हां। पंजाब दे विच कोरोना वायरस दे मरीजां दी गिणती लगातार वधदी जा रही है, जो कि हुण 13 हो चुकी है। 13 पॉजिटिव मरीजां दी पुष्टि पंजाब दे विच हो चुकी है। लगातार एहतियात बरतन की हदायत दी जा रही है, पर गिणती लगातार वधदी जा रही है। कित्थों कित्थों ने पंजाब दे विच 13 मरीज़ ते की है इन्हां दी पूरी डिटेल दस रहे ने साडे मेरे सहयोगी रिमांशु गाबा। रिमांशु, कित्थों कित्थों ये केस सामने आए ने जो पॉजिटिव ने कोरोना दे? बिल्कुल, मैं दस देना चाहवांगा कि सब तो पहला जिहड़े टोटल नंबर ऑफ सैंपल जिहड़े टेस्ट किए गए ने 181 किए गए ने पॉजिटिव, जिवें तुसीं दस्सिया 13 उन्हां चों एक जिहड़ी शख्स की मौत हो चुकी है। हालांकि वह कार्डियक अरैसट नाल उन्हां दी मौत हुई है और कोरोना वायरस लई पॉजिटिव पाए गए सीगे। जिहड़े टेस्ट नैगेटिव आए ने 141 ने, रिजल्ट जिन्हां दी हजे इंतजार किया जा रहा 27, और जिहड़े अज दे दिन मरीज़ जिहड़े भर्ती हुए ने 40 उन्हां दी। हुण मैं दस दिंदा कि जिहड़े 13 मरीज़ ने उह किहड़े-किहड़े शहर तों ने। सब तो पहला जिहड़ा अमृतसर च केस ट्रैक होया सीगा, जो शख्स इटली तो आया सीगा, उन्हां नूं अमृतसर दे एयरपोर्ट दे विच भर्ती कराया गया सीगा आइसोलेशन वार्ड च, उह इस वेले स्टेबल ने उन्हां दी हालत। दूजा केस SBS नगर दा है, 70 साल दे बजुर्ग सीगे जो ऑलरेडी डायबिटीज़ ते हाइपर टेंशन नाल उन्हां नूं बीमारी सीगी, और उह जर्मनी तों इटली वाया इटली दिल्ली एयरपोर्ट पहुँचे सीगे 7 तरीक नूं। उन्हां दी डैथ हो गई, जिहड़ी बंगिआं वाली डैथ है, और उन्होंने भी कार्डिक अरैसट सी, जिवें कि मैं दस्या पॉजिटिव भी पाए गए थे, पर उन्होंने जी डैथ है कार्डिक अरैसट नाल उन्होंने मौत हुई सी। उस तो बाद तीजा केस जिहड़ा वह मोहाली दा है, साहिबजादा अजीत सिंह नगर, 69 ईयर ओल्ड फीमेल है जो UK तो 13 मार्च में दिल्ली एयरपोर्ट आई सी। 18 मार्च में वह उन्होंने सैंपल लए गए तो वह पॉजिटिव पाए गए, जिस तो बाद भी हुण इस वेले स्टेबल ने। चौथा केस जिहड़ा आता SBS नगर, जिहड़े दूजे केस ने, यानी कि जिस शख्स की मौत हुई 70 साल जिहड़े बजुर्ग सीगे जिन्हां दी मौत हुई सीगी करोना जिहड़े पॉजिटिव पाई गए सीगे आफ्टर डैथ, उन्हां दे 35 साल दे मुंडे नूं ਇਹ ਅਗਲਾ ਕੇਸ ਜਿਹੜਾ ਉਸੇ ਪਿੰਡ ਦਾ ਉਸੇ ਘਰ ਦਾ ਉਸੇ ਪਰਿਵਾਰ ਦਾ ਜਿਹੜੇ ਸ਼ਖਸ ਦੀ ਡੈਥ ਹੋ ਗਈ ਸੀਗੀ ਉਹਨਾਂ ਦੇ ਹੀ 35 ਸਾਲ ਦੇ ਬੇਟੇ ਨੂੰ ਇਹ ਪੋਜ਼ਿਟਿਵ ਪਾਇਆ ਗਿਆ ਕਰੋਨਾ ਵਾਇਰਸ। ਉਸ ਤੋਂ ਬਾਅਦ ਅਗਲਾ ਜਿਹੜਾ ਪੰਜਵਾਂ ਕੇਸ ਹੈ ਉਹ ਵੀ 34 ਸਾਲਾ ਬੇਟੇ ਨੇ, ਜਿਹੜੇ ਕੇਸ ਨੰਬਰ 2, ਯਾਨੀ ਕਿ ਜਿਹੜੇ 70 ਸਾਲ ਦੇ ਬਜ਼ੁਰਗ ਸੀਗੇ ਉਹਨਾਂ ਦੇ ਹੀ ਬੇਟੇ ਨੂੰ ਪੋਜ਼ਿਟਿਵ ਪਾਇਆ ਗਿਆ ਕਰੋਨਾ ਵਾਇਰਸ। ਉਸ ਤੋਂ ਬਾਅਦ 6ਵਾਂ ਕੇਸ ਆਉਂਦਾ, 6ਵੇਂ ਕੇਸ 'ਚ ਵੀ 45 ਸਾਲਾਂ ਦੇ ਸ਼ਖਸ ਨੇ, ਉਹ ਵੀ ਕੇਸ ਨੰਬਰ 2, ਯਾਨੀ ਕਿ ਜਿਹੜੇ 70 ਸਾਲਾਂ ਬਜ਼ੁਰਗ ਸੀਗੇ ਉਹਨਾਂ ਦੇ ਹੀ ਬੇਟੇ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ। ਉਸ ਤੋਂ ਬਾਅਦ 8ਵਾਂ ਕੇਸ ਆਉਂਦਾ, ਸੱਤਵਾਂ ਕੇਸ ਹੈ ਜਿਹੜਾ, ਉਹ 40 ਸਾਲ ਦੀ ਔਰਤ ਹੈ ਜੋ ਡਾਟਰ ਇਨ ਲੋਅ ਹੈ ਕੇਸ ਨੰਬਰ 2, ਯਾਨੀ ਕਿ ਜੋ 70 ਸਾਲਾਂ ਦੇ ਬਜ਼ੁਰਗ ਸੀਗੇ ਉਹਨਾਂ ਦੀ ਬਹੂ, ਉਹਨਾਂ ਨੂੰ ਵੀ ਕਰੋਨਾ ਵਾਇਰਸ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ। ਕੇਸ ਨੰਬਰ 8, ਉਹ 17 ਸਾਲ ਦੀ ਬੱਚੀ ਹੈ, ਉਹਨੂੰ ਵੀ ਪੋਜ਼ਿਟਿਵ ਪਾਇਆ ਗਿਆ, ਉਹ ਵੀ SBS ਨਗਰ, ਯਾਨੀ ਕਿ ਉਸੇ ਪਰਿਵਾਰ ਦੇ ਜੋ 70 ਸਾਲਾਂ ਦੇ ਬਜ਼ੁਰਗ ਸੀਗੇ ਜਿਨ੍ਹਾਂ ਦੀ ਡੈਥ ਹੋਈ ਹੈ, ਉਹਨਾਂ ਦੇ ਪਰਿਵਾਰ 'ਚ ਹੀ ਉਹਨਾਂ ਦੀ ਪੋਤੀ ਹੈ 17 ਸਾਲ ਦੀ, ਉਹਨੂੰ ਵੀ ਕਰੋਨਾ ਵਾਇਰਸ ਜਿਹੜਾ ਪੋਜ਼ਿਟਿਵ ਪਾਇਆ ਗਿਆ ਸੀਗਾ। ਉਸ ਤੋਂ ਬਾਅਦ ਕੇਸ ਨੰਬਰ 9 ਹੈ, ਉਹ ਵੀ SBS ਨਗਰ ਦੇ ਨੇ, 36 ਸਾਲ ਦੀ ਔਰਤ ਹੈ, ਔਰ ਉਹ ਕੇਸ ਨੰਬਰ 2 ਦੀ ਡਾਟਰ ਹੈ, ਉਹਨਾਂ ਦੀ ਬੇਟੀ ਵੀ, ਯਾਨੀ ਕਿ ਜੋ 70 ਸਾਲਾਂ ਬਜ਼ੁਰਗ ਜਿਹਦੀ ਡੈਥ ਹੋਈ ਜਿਸ ਘਰ 'ਚ ਜੋ ਜਰਮਨੀ ਤੋਂ ਵਾਇਆ ਇਟਲੀ ਹੋ ਕੇ ਇੰਡੀਆ ਆਏ ਸੀਗੇ, ਉਹਨਾਂ ਦੇ ਕਾਰਡੀਅਕ ਅਰੈਸਟ ਨਾਲ ਉਹਨਾਂ ਦੀ ਮੌਤ ਹੋਈ। ਉਹਨਾਂ ਦੇ ਤਕਰੀਬਨ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ 1, 2, 3, 4, 5, ਔਰ 6 ਜਿਹੜੇ ਲੋਕ ਨੇ, 7ਵੇਂ ਆਪ ਔਰ 6 ਉਹਨਾਂ ਤੋਂ ਇਲਾਵਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕਰੋਨਾ ਵਾਇਰਸ ਜਿਹੜਾ ਪੋਜ਼ਿਟਿਵ ਪਾਇਆ ਗਿਆ। ਉਸ ਤੋਂ ਬਾਅਦ ਕੇਸ ਨੰਬਰ 10 ਜਿਹੜਾ ਹੈ ਉਹ 42 ਸਾਲ ਦੇ ਸ਼ਖਸ ਨੇ ਜੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਹੀ ਬਿਲੋਂਗ ਕਰਦੇ ਨੇ, ਮੋਹਾਲੀ ਤੋਂ ਬਿਲੋਂਗ ਕਰਦੇ ਨੇ, ਉਹ 12 ਮਾਰਚ ਨੂੰ ਦਿੱਲੀ ਏਅਰਪੋਰਟ ਆਏ ਸੀਗੇ, ਜਿਨ੍ਹਾਂ ਨੂੰ ਚੰਡੀਗੜ੍ਹ ਦੇ ਹੋਸਪਿਟਲ ਵਿੱਚ ਭਰਤੀ ਕਰਾਇਆ ਗਿਆ ਸੀਗਾ, ਉਹ ਵੀ ਇਸ ਵੇਲੇ ਸਟੇਬਲ ਨੇ। ਮੈਂ ਇੱਕ ਹੋਰ ਜਾਣਕਾਰੀ ਦੇ ਦੇਵਾਂ ਕਿ ਜਿਹੜੇ ਪਰਿਵਾਰ ਜਿਹੜੇ ਆਪਾਂ ਜਿਵੇਂ ਕਿ ਜਾਣਕਾਰੀ ਦਿੱਤੀ ਕਿ ਜਿਹੜੇ 70 ਸਾਲਾਂ ਬਜ਼ੁਰਗ ਦੇ ਪਰਿਵਾਰ ਸੀਗੇ, ਉਹ ਸਾਰਿਆਂ ਦਾ ਇੱਥੇ ਜੋ ਰਿਪੋਰਟ ਪੰਜਾਬ ਸਰਕਾਰ ਵੱਲੋਂ ਬੁਲੇਟਿਨ ਜਾਰੀ ਹੋਇਆ ਹੁਣੇ ਕਰੋਨਾ ਵਾਇਰਸ ਨੂੰ ਲੈ ਕੇ, ਉਹ ਸਾਰੇ ਉੱਥੇ ਸਟੇਬਲ ਦੱਸੇ ਗਏ ਨੇ ਔਰ ਐਡਮਿਟਿਡ ਨੇ ਹੋਸਪਿਟਲ 'ਚ, ਆਈਸੋਲੇਸ਼ਨ ਵਾਰਡ 'ਚ ਨੇ, ਔਰ ਇਸ ਵੇਲੇ ਉਹਨਾਂ ਦੀ ਹਾਲਤ ਜਿਹੜੀ ਹੈ ਬਿਲਕੁਲ ਠੀਕ ਹੈ। ਇਸ ਤੋਂ ਬਾਅਦ ਕੇਸ ਨੰਬਰ 11 ਜਿਹੜਾ, ਇਹ 60 ਸਾਲਾਂ ਦੇ ਬਜ਼ੁਰਗ ਨੇ, ਗੜਸ਼ੰਕਰ 'ਚ, ਹੁਸ਼ਿਆਰਪੁਰ ਦੇ ਗੜਸ਼ੰਕਰ ਤੋਂ ਬਿਲੋਂਗ ਕਰਦੇ ਨੇ, ਇਹ ਵੀ ਜਿਹੜੇ ਕੇਸ ਨੰਬਰ 2, 70 ਸਾਲਾਂ ਦੇ ਜਿਹੜੇ ਬਜ਼ੁਰਗ ਸੀਗੇ ਜਿਨ੍ਹਾਂ ਦੀ ਡੈਥ ਹੋਈ ਹੈ, ਉਹਨਾਂ ਦੇ ਨਾਲ ਸੰਪਰਕ 'ਚ ਸੀਗੇ, ਉਹਨਾਂ ਨੂੰ ਵੀ ਕਰੋਨਾ ਵਾਇਰਸ ਜਿਹੜਾ ਪੋਜ਼ਿਟਿਵ ਪਾਏ ਗਏ, ਔਰ ਉਹ ਵੀ ਇਸ ਵੇਲੇ ਸਟੇਬਲ ਨੇ ਔਰ ਐਡਮਿਟਿਡ ਨੇ ਹੋਸਪਿਟਲ 'ਚ ਐਡਮਿਟ ਨੇ। ਕੇਸ ਨੰਬਰ 12 ਜਿਹੜਾ, 74 ਸਾਲ ਦੇ ਮਹਿਲਾ ਨੇ ਜੋ ਮੋਹਾਲੀ ਤੋਂ ਬਿਲੋਂਗ ਕਰਦੇ ਨੇ, ਇਹ ਕੇਸ ਨੰਬਰ 3 ਦੀ ਸਿਸਟਰ ਨੇ, ਜੋ ਇੱਕ ਮੈਂ ਇਸ ਤੋਂ ਪਹਿਲਾਂ ਕੇਸ ਨੰਬਰ 3 ਦੱਸਿਆ ਸੀਗਾ, ਜਿਹੜਾ ਕੱਲ੍ਹ ਮੋਹਾਲੀ ਤੋਂ ਕੇਸ ਆਏਗਾ, ਉਹਨਾਂ ਦੀ ਸਿਸਟਰ ਹੈ, ਉਹਨਾਂ ਨੂੰ ਵੀ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ। ਉਸ ਤੋਂ ਬਾਅਦ 13ਵਾਂ ਕੇਸ ਜਿਹੜਾ ਹੈ, ਉਹ 28 ਸਾਲ ਦੀ ਇੱਕ ਲੜਕੀ ਹੈ, ਮੋਹਾਲੀ ਤੋਂ ਹੀ ਬਿਲੋਂਗ ਕਰਦੀ ਹੈ, ਸ਼ੀ ਇਜ਼ ਇੰਪਲੋਈ ਆਫ ਦਾ ਕੇਸ ਆਫ ਰਿਪੋਰਟਡ ਇਨ ਚੰਡੀਗੜ੍ਹ, ਉਹ ਚੰਡੀਗੜ੍ਹ 'ਚ ਜਿਹੜੇ ਕਰੋਨਾ ਵਾਇਰਸ ਦੇ ਪੇਸ਼ੈਂਟ ਸੀਗੇ ਉਹਨਾਂ ਦੀ ਇੰਪਲੋਈ ਸੀਗੀ, ਇਹਨਾਂ ਨੂੰ ਵੀ ਪੋਜ਼ਿਟਿਵ ਪਾਇਆ ਗਿਆ। ਕੁੱਲ ਇਸ ਤਰ੍ਹਾਂ 13 ਜਿਹੜੇ ਕੇਸ ਨੇ ਉਹ ਪੰਜਾਬ ਦੇ ਅੰਦਰ ਹਰਮਨ
ਪੋਜ਼ਿਟਿਵ ਪਾਏ ਗਏ ਨੇ। ਉਸ ਤੋਂ ਬਾਅਦ ਜਿਹੜੇ ਸਭ ਤੋਂ ਵੱਧ ਜਿਹੜਾ ਇਫੈਕਟਿਡ ਏਰੀਆ ਇਸ ਵੇਲੇ ਪੰਜਾਬ ਦਾ, ਉਹ SBS ਨਗਰ ਦਾ ਬੰਗਿਆਂ ਦੇ ਕੋਲ ਜਿਹੜੇ ਪਿੰਡ ਜਿੱਥੇ ਬਜ਼ੁਰਗ ਰਹਿੰਦੇ ਸੀਗੇ, ਜ਼ਿਆਦਾਤਰ ਉਹਨਾਂ ਦੇ ਪਰਿਵਾਰ ਨੂੰ ਹੋਇਆ, ਜਿਨ੍ਹਾਂ ਨਾਲ ਉਹ ਸੰਪਰਕ 'ਚ ਆਏ ਉਹ ਪੋਜ਼ਿਟਿਵ ਪਾਏ ਜਾ ਰਹੇ ਨੇ। ਹਾਲਾਂਕਿ ਇਹ ਵੀ ਗੱਲ ਆ ਰਹੀ ਸੀਗੀ ਕਿ ਉਹ ਹੋਲਾ ਮਹੱਲਾ 'ਚ ਵੀ ਉੱਥੇ ਗਏ ਸੀਗੇ, ਇਸ ਕਰਕੇ ਆਪਾਂ ਵੀ ਆਪਣੇ ਵੱਲੋਂ ਇੱਕ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਹੋਲਾ ਮਹੱਲਾ ਦੇਖਣ ਗਏ ਸੀਗੇ, ਵੱਧ ਤੋਂ ਵੱਧ ਉਹ ਵੀ ਕੋਸ਼ਿਸ਼ ਕਰਨ ਕਿ ਉਹ ਟੈਸਟ ਕਰਵਾ ਸਕਣ ਜੇ ਉਹਨਾਂ ਨੂੰ ਕੋਈ ਸਿਮਟਮਸ ਨਜ਼ਰ ਆਉਂਦੇ ਨੇ। ਉਸ ਤੋਂ ਇਲਾਵਾ ਪੈਨਿਕ ਹੋਣ ਦੀ ਹਜੇ ਜ਼ਰੂਰਤ ਨਹੀਂ ਹੈ, ਸਰਕਾਰਾਂ ਪ੍ਰਸ਼ਾਸਨ ਵੱਲੋਂ ਪੂਰੀ ਅਹਤਿਆਤ ਵਰਤੀ ਜਾ ਰਹੀ ਹੈ, ਤੁਹਾਡੇ ਵੱਲੋਂ ਵੀ ਲੋੜ ਹੈ, ਆਮ ਲੋਕਾਂ ਵੱਲੋਂ ਸਾਡੇ ਵੱਲੋਂ ਵੀ ਲੋੜ ਹੈ ਕਿ ਆਪਾਂ ਪੂਰੀ ਅਹਤਿਆਤ ਵਰਤੀਏ। ਪਰ ਸਭ ਤੋਂ ਵੱਧ ਕੇਸ ਜਿਹੜੇ ਨੇ SBS ਨਗਰ ਦੇ ਜਿਹੜੇ ਉਹ ਬਜ਼ੁਰਗ ਨੇ, ਕਿਉਂਕਿ ਇੱਕ ਉਹਨਾਂ ਦਾ ਆਪਣਾ ਕੇਸ ਹੋ ਗਿਆ, ਉਸ ਤੋਂ ਬਾਅਦ ਕੇਸ ਨੰਬਰ 4 ਵੀ ਉਹਨਾਂ ਨਾਲ ਬਿਲੋਂਗ ਕਰਦਾ, ਕੇਸ ਨੰਬਰ 5 ਵੀ, 6, 7, 8, 9 ਔਰ ਇਸੇ ਤਰ੍ਹਾਂ ਕੇਸ ਨੰਬਰ 11 ਜਿਹੜਾ ਗੁਰਸ਼ੰਕਰ ਵਾਲਾ ਵੀ, ਉਹ ਵੀ ਉਹਨਾਂ ਦੇ ਸੰਪਰਕ 'ਚ ਆਏ ਸੀਗੇ ਅਤੇ ਉਹਨਾਂ ਨੂੰ ਵੀ ਪੋਜ਼ਿਟਿਵ ਪਾਇਆ ਗਿਆ। ਇਸ ਕਰਕੇ ਇਹ ਸਭ ਤੋਂ ਵੱਧ ਜਿਹੜਾ ਇੱਥੇ ਹਜੇ ਇਫੈਕਟਿਡ ਏਰੀਆ ਉਹ SBS ਨਗਰ ਤੋਂ ਸਭ ਤੋਂ ਵੱਧ, ਨਵਾਂ ਸ਼ਹਿਰ ਜ਼ਿਲ੍ਹਾ ਜਿਹੜਾ ਉੱਥੋਂ ਸਭ ਤੋਂ ਵੱਧ ਕੇਸ ਜਿਹੜੇ ਨੇ ਕੋਰੋਨਾ ਵਾਇਰਸ ਦੇ ਪੰਜਾਬ 'ਚ ਆਏ ਨੇ। ਜੀ ਬਿਲਕੁਲ ਜੀ, SBS ਜੋ ਨਗਰ ਹੈ ਉੱਥੇ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਨੇ, ਕੁੱਲ ਮਿਲਾ ਕੇ 13 ਕੇਸ ਨੇ। ਔਰ ਵੱਡੀ ਗੱਲ ਇੱਥੇ ਸਾਹਮਣੇ ਆਈ ਹੈ ਕਿ ਹਿਊਮਨ ਟੂ ਹਿਊਮਨ ਸਪਰੈਡ ਹੁੰਦਾ ਇਹ ਵਾਇਰਸ, ਇਸੇ ਦੇ ਚੱਲਦਿਆਂ ਜਦੋਂ ਇੱਕ ਮਰੀਜ਼ ਦੇ ਸੰਪਰਕ ਦੇ ਵਿੱਚ ਦੂਜੇ ਲੋਕ ਆਉਂਦੇ ਨੇ ਤਾਂ ਉਹ ਵੀ ਇਸ ਦੇ ਸ਼ਿਕਾਰ ਹੋ ਜਾਂਦੇ ਨੇ। ਇਸੇ ਲਈ ਪ੍ਰਸ਼ਾਸਨ ਲਗਾਤਾਰ ਅਪੀਲ ਕਰ ਰਿਹਾ ਹੈ ਕਿ ਭੀੜ ਨਾ ਜੁਟਾਓ, ਭੀੜ ਵਾਲੀ ਥਾਂ 'ਤੇ ਨਾ ਜਾਓ, ਮਾਸਕ ਪਾ ਕੇ ਜਾਓ, ਆਪਣੀ ਪੂਰੀ ਇਤਿਹਾਤ ਵਰਤੋ। ਅਤੇ ਇਸੇ ਵਿਚਾਲੇ ਜੋ ਅਫਵਾਹਾਂ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਜਾਂ ਹੋਰ ਜਗ੍ਹਾ 'ਤੇ ਆ ਰਹੀਆਂ ਨੇ, ਉਹਨਾਂ ਤੋਂ ਪਰਹੇਜ਼ ਕਰੋ। ਲਗਾਤਾਰ ਗਿਣਤੀ ਵੱਧਦੀ ਜਾ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਅਪੀਲ ਹੋ ਰਹੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਜੇਕਰ ਤੁਸੀਂ ਜਾਗਰੂਕ ਹੋ ਅਤੇ ਆਪਣੇ ਬਚਾਅ ਦੇ ਜੋ ਤਰੀਕੇ ਤੁਹਾਨੂੰ ਦੱਸੇ ਗਏ ਨੇ ਉਹ ਅਪਣਾ ਰਹੇ ਹੋ ਤਾਂ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਅਤੇ ਇਸ ਨੂੰ ਫੈਲਣ ਤੋਂ ਵੀ ਰੋਕਿਆ ਜਾ ਸਕਦਾ। ਲੋੜ ਹੈ ਇਤਿਹਾਤ ਵਰਤਣ ਦੀ ਅਤੇ ਆਪਣਾ ਬਚਾਅ ਸਭ ਤੋਂ ਪਹਿਲਾਂ ਖੁਦ ਕਰਨ ਦੀ, ਤਾਂ ਜੋ ਇਸ ਬਿਮਾਰੀ ਨੂੰ ਇੱਥੇ ਹੀ ਠੱਲ ਪਾਈ ਜਾ ਸਕੇ। ਕੈਮਰਾਮੈਨ ਸਿੱਧੂ ਦੇ ਨਾਲ ਹਰਮਨ ਹੇਰ, ਦੈਨਿਕ ਸਵੇਰਾ TV, ਜਲੰਧਰ।